ਬਹੁਤ ਵਧੀਆ ਸਿਰਾ ਕਰਾਤਾ ਸਾਰੇ ਐਕਟਰਸ ਜਿੰਨੇ ਹੈਗੇ ਸੀ ਵਿੱਚ। ਸਭ ਤੋਂ ਵਧੀਆ ਐਕਟਿੰਗ ਆਪਾਂ ਨੂੰ ਲੱਗੀ ਆ ਨਵਲੇਲ ਦੀ। ਮੈਂ ਨਾ ਜਦੋਂ ਨਵਲੇਲ ਉਹਨਾਂ ਨੇ ਐਂਟਰੀ ਮਾਰੀ ਨਾ, ਮਤਲਬ ਫਿਲਮ ਦਾ ਇੱਕ ਮਤਲਬ ਰੋਅ ਹੀ ਬਦਲ ਗਿਆ। ਇੱਕ ਮਤਲਬ ਸਾਰਾ ਕੁਛ ਮਤਲਬ ਜਿਹੜਾ ਲੱਗਦਾ ਸੀ ਨਾ ਥੋੜ੍ਹਾ ਜਿਹਾ ਆਪਾਂ ਨੂੰ ਪਹਿਲਾਂ, ਉਹ ਸਾਰਾ ਕੁਛ ਇੱਕ ਵਾਰੀ ਮਾਹੌਲ ਹੀ ਉਹਨਾਂ ਨੇ ਚੇਂਜ ਕਰਤਾ। ਮਤਲਬ ਪੂਰਾ ਥੀਏਟਰ ਇੱਕ ਵਾਰੀ ਗੂੰਜ ਗਿਆ ਸੀ ਭਾਈ ਇਹਨਾਂ ਦੇ ਨਾਲ। ਬਾਕੀ ਕਰਮਜੀਤ ਅਨਮੋਲ ਭਾਈ ਇਹਨਾਂ ਦਾ ਕੰਮ ਵਧੀਆ ਸੀ, ਮੈਂਡੀ ਦਾ ਵੀ ਕੰਮ ਬਹੁਤ ਵਧੀਆ ਸੀ, ਬਾਕੀ ਜਿੰਨੇ ਐਕਟਰਸ ਹੈਗੇ ਸੀ ਕਈਆਂ ਦੇ ਆਪਾਂ ਨੂੰ ਨਾਂ ਨਹੀਂ ਯਾਦ, ਸਾਰਿਆਂ ਦਾ ਹੀ ਕੰਮ ਬਹੁਤ ਵਧੀਆ ਸੀ। ਅਤੇ ਫੈਮਲੀ ਵਾਲੀ ਮਤਲਬ ਹੈਗੀ ਆ ਮੂਵੀ, ਇਹ ਆਪਾਂ ਸਾਰਿਆਂ ਨੂੰ ਮਤਲਬ ਆਪਣੀ ਫੈਮਲੀ ਲੈ ਕੇ ਆਉਣਾ ਚਾਹੀਦਾ, ਫਿਲਮ ਵੇਖਣੀ ਚਾਹੀਦੀ ਆ। ਇੱਕ ਵੱਖਰਾ ਹੀ ਕੰਸੈਪਟ ਸੀ ਫਿਲਮ ਦੇ ਵਿੱਚ, ਮਤਲਬ ਆਪਾਂ ਆਮ ਫਿਲਮਾਂ ਬੜੀਆਂ ਵੇਖੀਆਂ, ਲੇਕਿਨ ਇਹ ਜਿਹੜੀ ਫਿਲਮ ਸੀ ਨਾ ਮਤਲਬ ਆਮ ਫਿਲਮਾਂ ਵਾਂਗੂ ਨਹੀਂ, ਉਹ ਤੋਂ ਥੋੜ੍ਹੀ ਹਟ ਕੇ ਸੀ। ਅਤੇ ਬਾਕੀ ਆਪਾਂ ਨੂੰ ਤਾਂ ਬਹੁਤ ਵਧੀਆ ਲੱਗੀ ਆ, ਆਪਾਂ ਬੜਾ ਇੰਜੋਏ ਕੀਤਾ ਵਾ। ਪਬਲਿਕ ਨੂੰ ਆਪਾਂ ਇਹੋ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਆਪਾਂ ਮਤਲਬ ਇਹੋ ਜਿਹੀਆਂ ਫਿਲਮਾਂ ਆਪਾਂ ਨੂੰ ਵੇਖਣੀਆਂ ਚਾਹੀਦੀਆਂ ਵਾ। ਇਹਦੇ ਵਿੱਚ ਕੁਛ ਮਤਲਬ ਆਪਾਂ ਨੂੰ ਗਲਤ ਮਤਲਬ ਲੱਗਾ ਨਹੀਂ ਆ, ਕੋਈ ਹਥਿਆਰ ਪ੍ਰਮੋਟ ਨਹੀਂ ਹੋਏ, ਕੁਛ ਨਹੀਂ ਇੱਦਾਂ ਦਾ ਲੱਗਾ, ਮਤਲਬ ਹਾਸੇ ਹੀ ਹੈਗੇ ਫਿਲਮ ਦੇ ਵਿੱਚ। ਅਤੇ ਐਂਡ ਦੇ ਭਾਈ ਸਿਰਾ ਕਰਾਤਾ ਜੀ, ਐਂਡ ਦੇ ਇੱਕ ਵਾਰੀ ਇਮੋਸ਼ਨਲ ਕਰਤਾ ਆਪਾਂ ਨੂੰ, ਮਤਲਬ ਸਾਰਿਆਂ ਨੂੰ ਇਮੋਸ਼ਨਲ ਕਰਤਾ ਐਂਡ ਦੀ। ਮਤਲਬ ਜਿੰਨੇ ਥੀਏਟਰ 'ਚ ਬੈਠੇ ਸੀ ਨਾ, ਇੱਕ ਵਾਰੀ ਐਂ ਸ਼ਾਂਤ ਮਾਹੌਲ ਕਰਤਾ, ਮਤਲਬ ਆਪਣੀਆਂ ਖੁਦ ਅੱਖਾਂ 'ਚੋਂ ਪਾਣੀ ਆ ਗਿਆ ਇੱਕ ਵਾਰੀ ਜਦੋਂ ਆਪਾਂ ਐਂਡ ਵੇਖਿਆ। ਅਤੇ ਸੋ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਆਪਣੀਆਂ ਆਪਣੀਆਂ ਫੈਮਲੀਆਂ ਲੈ ਕੇ ਸਾਰੇ ਜਣੇ ਫਿਲਮ ਵੇਖਣ, ਸਾਰਿਆਂ ਨੇ ਐਕਟਿੰਗ ਬੜੀ ਬੇਕਮਾਲ ਐਕਟਿੰਗ ਕੀਤੀ ਹੋਈ ਆ। ਧੰਨਵਾਦ। ਬਹੁਤ ਵਧੀਆ ਮੂਵੀ ਭਾਅ ਜੀ, ਵੇਖ ਕੇ ਬਹੁਤ ਜ਼ਿਆਦਾ ਮਜ਼ਾ ਆਇਆ। ਮੈਂ ਤਾਂ ਕਹਿੰਦਾ ਸਾਰੇ ਥੀਏਟਰਾਂ ਦੇ ਚੱਲ ਗਈ, ਸਾਰੇ ਜਣੇ ਆ ਕੇ ਦੇਖਣ, ਫੈਮਲੀ ਵਾਲੀ ਪਿਕਚਰ ਆ, ਬਹੁਤ ਵਧੀਆ ਜੀ। ਮਿਸਟਰ ਸਦਾਈ ਐਕਟਿੰਗ, ਹਾਂਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ। ਨਵਲੇਲ ਭਾਈ ਦਾ ਬਹੁਤ ਵਧੀਆ ਕੰਮ ਸੀਗਾ, ਕਰਮਜੀਤ ਮੋਹ ਉਹਨਾਂ ਦਾ ਬਹੁਤ ਵਧੀਆ ਕੰਮ ਸੀਗਾ, ਸੁੱਖੀ ਚਾਲ ਉਹਨਾਂ ਦਾ ਬਹੁਤ ਵਧੀਆ ਕੰਮ ਸੀਗਾ, ਸਿਮਰਨ ਭਾਅ ਜੀ ਉਹਨਾਂ ਦਾ ਬਹੁਤ ਵਧੀਆ ਕੰਮ, ਮੈਡਮ ਦਾ ਬਹੁਤ ਵਧੀਆ ਕੰਮ ਸੀਗਾ। ਫਿਲਮ ਬਹੁਤ ਵਧੀਆ ਸੀ ਅਤੇ ਸਾਰਿਆਂ ਨੂੰ ਵੇਖਣੀ ਚਾਹੀਦੀ ਫਿਲਮ। ਮੇਰਾ ਨਾਮ ਭਾਅ ਜੀ ਗੁਰਯੋਠੀਆ। ਮੂਵੀ ਭਾਅ ਜੀ ਦੇਖਿਆ ਮਿਸਟਰ ਸ਼ੁਦਾਈ, ਬਹੁਤ ਘੈਂਟ ਮੂਵੀ ਆ ਭਾਅ ਜੀ, ਸਾਰਿਆਂ ਦਾ ਬਹੁਤ ਕੰਮ ਬਹੁਤ ਬਹੁਤ ਵਧੀਆ, ਨਵ ਭਾਅ ਜੀ ਨੇ ਬਹੁਤ ਘੈਂਟ ਕੰਮ ਕੀਤਾ। ਸੋ ਓਵਰਆਲ ਮੂਵੀ ਬਹੁਤ ਘੈਂਟ ਸੀ ਅਤੇ ਕਲਾਈਮੈਕਸ ਜਿਹੜਾ ਉਹ ਬਹੁਤ ਇਮੋਸ਼ਨਲ ਸੀਗਾ, ਸਾਰਾ ਸਟੋਰੀ ਬਹੁਤ ਘੈਂਟ ਸੀ ਭਾਅ ਜੀ। ਪ੍ਰੋਪਰ ਜਿਹੜੀ ਫੈਮਿਲੀ ਪਿਕਚਰ ਹੈ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਕੇ। ਪਬਲਿਕ ਨੂੰ ਭਾਅ ਜੀ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਮੈਂ ਮੂਵੀ ਜਿਹੜੀ ਫੈਮਿਲੀ ਪਿਕਚਰ ਹੈ, ਸੋ ਇੱਦਾਂ ਦੀਆਂ ਮੂਵੀਆਂ ਜਿਹੜੀਆਂ ਵੱਧ ਤੋਂ ਵੱਧ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਹਨ, ਜੋ ਜ਼ਿਆਦਾ ਸ਼ੋਰ ਸ਼ਰਾਬੇ ਵਾਲੀਆਂ ਰੋਲਾਂ, ਹਥਿਆਰਾਂ ਵਾਲੀਆਂ ਮੂਵੀਆਂ, ਸੋ ਉਹਨਾਂ ਨੂੰ ਛੱਡ ਕੇ ਪ੍ਰੋਪਰ ਫੈਮਿਲੀ ਪਿਕਚਰ ਵਗੈਰਾ ਦੇਖਣੀ ਚਾਹੀਦੀ ਆ। ਸਰ ਬਹੁਤ ਹੀ ਵਧੀਆ ਫਿਲਮ ਹੈ ਜੀ ਇਹ, ਸਰ ਭਜਨ ਮਾਨ ਵਾਲੀ ਫਿਲਮ ਸਮਝੋ, ਦੋਹਰੇ ਆਈ ਇਹਨੇ ਅਪਡੇਟ ਕੀਤਾ ਨਵੀਂ, ਬਹੁਤ ਪੁਰਾਣੀਆਂ ਫਿਲਮਾਂ ਨੂੰ, ਬਹੁਤ ਪੁਰਾਣੀਆਂ ਫਿਲਮ ਹਰਭਜਨ ਮਾਨ ਦੀ ਆਈ ਸੀ ਇੱਕ, ਉਹ ਪਰਿਵਾਰ ਰਿਲੇਸ਼ਨ ਸੀ, ਇਹ ਸਾਨੂੰ ਉਹ ਬਹੁਤ ਵਧੀਆ ਫਿਲਮ ਲੱਗੀ। ਬਹੁਤੀਆਂ ਫਿਲਮਾਂ ਹਥਿਆਰਾਂ ਵਾਲੀਆਂ, ਹੋਰ ਕਈ ਚੀਜ਼ਾਂ ਆਉਂਦੀਆਂ, ਪਰ ਇਹ ਬਹੁਤ ਸੋਹਣੀ ਫਿਲਮ ਲੱਗੀ, ਬਹੁਤ ਹੀ ਵਧੀਆ ਭਾਅ ਜੀ। ਇਹ ਹੈਗੀ ਮਿਸਟਰ ਸਦਾਈ ਫਿਲਮ, ਬਹੁਤ ਸੋਹਣੀ ਫਿਲਮ ਹੈ। ਇਹ 4:40 ਦੇ ਤਕਰੀਬਨ ਟਾਈਮ ਹੈ ਇਹਦਾ ਸਟਾਰਟਿੰਗ ਦਾ, ਅਤੇ 2-2.5 ਘੰਟੇ ਆਪਾਂ ਵੀਡੀਓ ਵੇਖੀ ਆ, ਫਿਲਮ ਇੰਜੋਏ ਕੀਤਾ ਵਾ। ਫਿਲਮ ਹੈ ਜਿਹੜੀ ਸਾਰੀਆਂ ਫਿਲਮਾਂ ਨਾਲੋਂ ਡਿਫਰੈਂਟ ਸਟੋਰੀ ਆ, ਇੱਕ ਨਵਾਂ ਕੰਸੈਪਟ ਲੈ ਕੇ ਆਏ ਹਰਜੋਤ ਭਾਅ ਜੀ, ਅਤੇ ਹਰਸਿਮਰਨ, ਮੈਂਡੀ ਅਤੇ ਨਵਲੇਲ ਬਹੁਤ ਵਧੀਆ ਕੰਮ ਕੀਤਾ ਵਾ। ਫਿਲਮ ਦੇ ਵਿੱਚ ਕਮੇਡੀ ਵੀ ਆ, ਇਮੋਸ਼ਨਲ ਵੀ ਆ ਅਤੇ ਸਟੋਰੀ ਵੀ ਆ, ਮਜ਼ਾ ਆਇਆ, ਫੁੱਲ ਇੰਜੋਏ ਕੀਤਾ ਵਾ। ਅਤੇ ਸਾਰਿਆਂ ਨੂੰ ਅਪੀਲ ਕਰਾਂਗੇ ਵੀ ਆਣ ਕੇ ਆਪਣੀ ਫੈਮਲੀ ਦੇ ਨਾਲ ਵੀਡੀਓ ਵੇਖਣ, ਫਿਲਮ ਵੇਖਣ ਅਤੇ ਇੰਜੋਏ ਕਰਨ। ਇਹ ਬੜੀ ਵਧੀਆ ਫਿਲਮ, ਸਾਰਿਆਂ ਨੂੰ ਆਪਣੀ ਫੈਮਲੀ ਲੈ ਕੇ ਆਉਣਾ ਚਾਹੀਦਾ ਇਹ ਫਿਲਮ ਦੇਖਣ ਲਈ। ਅਤੇ ਸ਼ੁਰੂ ਤੋਂ ਹੀ ਮੈਨੂੰ ਬੜੀ ਵਧੀਆ ਲੱਗੀ ਫਿਲਮ, ਅਤੇ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਫਿਲਮ, ਜੇ ਫੈਮਲੀ ਫਿਲਮ ਆ। ਬਹੁਤ ਸੋਹਣੀ ਮੂਵੀ ਆ ਜੀ, ਫਨੀ ਵੀ ਆ, ਇਮੋਸ਼ਨਲ ਆ, ਹਰ ਚੀਜ਼ ਇਹਦੇ ਵਿੱਚ ਹੈਗੀ ਆ, ਫੈਮਲੀ ਵਾਲੀ ਫਿਲਮ ਆ ਅਤੇ ਸਾਰਿਆਂ ਨੂੰ ਆਪਣੀ ਫੈਮਲੀ ਲਿਆਉਣੀ ਚਾਹੀਦੀ ਆ। ਨਵਾਂ ਕੰਸੈਪਟ ਹੈਗਾ ਇੱਕ ਫਿਲਮ ਦਾ, ਬਹੁਤ ਵਧੀਆ ਕੰਸੈਪਟ ਹੈਗਾ। ਪਬਲਿਕ ਨੂੰ ਇਹੋ ਹੀ ਆ ਕਿ ਆਪਾਂ ਜਲਦੀ ਤੋਂ ਜਲਦੀ ਇੱਥੇ ਆਓ, ਮੂਵੀ ਵੇਖੋ, ਸਾਰੀ ਫੈਮਲੀ ਆਵੇ ਤੁਹਾਡੀ ਨਾਲ, ਬਹੁਤ ਵਧੀਆ ਮੂਵੀ ਆ, ਫੈਮਲੀ ਵਾਲੀ ਮੂਵੀ ਆ। ਐਕਚੁਲੀ ਸਟਾਰਟਿੰਗ 'ਤੇ ਥੋੜ੍ਹਾ ਜਿਹਾ ਲੱਗਾ ਸੀਗਾ ਡਿਫਰੈਂਟ, ਥੋੜ੍ਹੀ ਬੋਰਿੰਗ ਕਹਿ ਸਕਦੇ ਹਾਂ, ਬਟ ਜਦੋਂ ਜਦੋਂ ਚੱਲਦੀ ਗਈ ਆ
ਤੇ ਇੰਟਰਵਲ ਤੋਂ ਪਹਿਲੇ ਹੀ ਮਤਲਬ ਵਧੀਆ ਹੋ ਗਈ ਸੀ ਐਂਡ ਜੋ ਐਂਡ ਸੀ ਉਹਨੇ ਤਾਂ ਸੀਰੀਅਸਲੀ ਬਹੁਤ ਇੰਪ੍ਰੈਸ ਕੀਤਾ ਐਂਡ ਬਹੁਤ ਜ਼ਿਆਦਾ ਵਧੀਆ ਸੀ ਅਤੇ ਇਮੋਸ਼ਨਲ ਸੀ ਐਂਡ ਸਾਰੀ ਸਟੋਰੀ ਦਾ ਮਤਲਬ ਪਤਾ ਚੱਲ ਗਿਆ ਕਿ ਕੀ ਹੈਗੀ ਸੀ ਵਧੀਆ ਲੱਗੀ ਇੰਜੋਏ